जी आया नू प्यारे विद्यार्थियों, 8th क्लास दी इंग्लिश दी बुक इंग्लिश ग्रामर एंड कंपोजिशन लेसन नंबर 11 दी सेंटेंस ते इस लेसन दी एक्सरसाइज नंबर 2 असी इस वीडियो विच करांगे। तुसी वीडियो नू बड़े ध्यान ਨਾਲ देखो, सुनो ते समझो। आंसर्स नू अपनी नोटबुक विच कॉपी डाउन कर लो, पर बाद विचों एक्सरसाइज नू बिना देखे अपने आप करने दी प्रैक्टिस भी जरूर करो। सो शुरू करिए। ਅੱਗੇ ਵਧਣ ਤੋਂ ਪਹਿਲੇ ਪਿਆਰੇ ਵਿਦਿਆਰਥੀਓ, ਤੁਹਾਨੂੰ ਚੇਤਾ ਕਰਾ ਦਵਾਂ ਕਿ ਇਸੇ ਚੈਨਲ ਦੇ ਉੱਤੇ ਤੁਹਾਡੀਆਂ 8th ਕਲਾਸ ਨਾਲ ਜੁੜੀਆਂ ਕੁਝ ਹੋਰ ਪਲੇਲਿਸਟ ਵੀ ਹੈਗੀਆਂ ਨੇ ਦੂਜੇ ਵਿਸ਼ਿਆਂ ਦੀਆਂ। ਇੱਕ ਹੈਗੀ ਹੈ 8th ਇੰਗਲਿਸ਼, ਜਿਹਦੇ ਵਿੱਚ ਤੁਹਾਡੀ ਕਿਤਾਬ ਮਾਈ ਇੰਗਲਿਸ਼ ਕੰਪੇਨੀਅਨ ਸਾਰੀ ਦੀ ਸਾਰੀ ਹੱਲ ਕਰਕੇ ਪਾ ਦਿੱਤੀ ਗਈ ਹੈ। ਫਿਰ ਇੱਕ ਹੈਗੀ ਹੈ 8th ਮੈਥ ਨੋਟਸ, ਇੱਕ ਹੈਗੀ ਹੈ 8th ਮੈਥ ਇੰਗਲਿਸ਼ ਮੀਡੀਅਮ ਵਿੱਚ, ਇੱਕ ਹੈਗੀ ਹੈ 8ਵੀਂ ਗਣਿਤ ਪੰਜਾਬੀ ਮੀਡੀਅਮ ਦੇ ਵਿੱਚ, ਇੱਕ ਹੈਗੀ 8th ਸਾਇੰਸ, ਫਿਰ ਇੱਕ ਹੈਗੀ ਹੈ ਗਣਿਤ ਦੇ ਸਿਧਾਂਤ, ਇੱਕ ਹੈਗੀ ਮੈਥ ਕਨਸੈਪਟਸ, ਤੇ ਇੱਕ ਹੈਗੀ ਹੈ ਮੈਥ ਸ਼ਾਰਟਕਟਸ ਐਂਡ ਟ੍ਰਿਕਸ। ਸੋ ਚੈਨਲ ਤੇ ਜਾਓ, ਪਲੇਲਿਸਟ ਤੇ ਟੈਪ ਕਰੋ ਤੇ ਇਹ ਪਲੇਲਿਸਟਾਂ ਨੂੰ ਖੋਲ ਕੇ ਉਹਨਾਂ ਦੀ ਵੀਡੀਓਜ਼ ਵੀ ਜ਼ਰੂਰ ਦੇਖੋ। ਔਰ ਦੇਖਿਏ ਬੱਚੋ, ਐਕਸਰਸਾਈਜ਼ 2 ਕੀ ਕਹਿੰਦੀ ਹੈ। ਕਹਿੰਦੀ ਚੇਂਜ ਦੀ ਫੋਲੋਇੰਗ ਐਫਰਮੇਟਿਵ, ਜਾਂ ਜਿਹਨੂੰ ਡਿਕਲੇਰੇਟਿਵ ਵੀ ਕਹਿ ਦਿੰਦੇ ਆ, ਜਾਂ ਜਿਹਨੂੰ ਸਟੇਟਮੈਂਟ ਵੀ ਕਹਿ ਦਿੰਦੇ ਆ, ਭਾਵ ਐਫਰਮੇਟਿਵ ਦਾ ਮਤਲਬ ਹੁੰਦਾ ਹੈ ਹਾਂ ਪੱਖੀ, ਤੇ ਐਫਰਮੇਟਿਵ ਦਾ ਉਲਟਾ ਹੁੰਦਾ ਹੈ ਨੈਗੇਟਿਵ, ਨਾ ਪੱਖੀ ਸੈਂਟੈਂਸ। ਸੋ ਇਹ ਦੋਨੋਂ ਐਫਰਮੇਟਿਵ ਤੇ ਨੈਗੇਟਿਵ ਜਿਹੜੇ ਨੇ ਉਹ ਡਿਕਲੇਰੇਟਿਵ ਸੈਂਟੈਂਸ ਵਿੱਚ ਹੀ ਆਉਂਦੇ ਨੇ। ਸੈਂਟੈਂਸਿਸ ਇਨਟੂ ਇੰਟਰੋਗੇਟਿਵ ਸੈਂਟੈਂਸ, ਇੰਟਰੋਗੇਟਿਵ ਹੁੰਦੇ ਬੱਚੋ ਸਵਾਲੀਆ, ਵੀ ਪ੍ਰਸ਼ਨਵਾਚਕ ਜਿਹੜੇ ਸੈਂਟੈਂਸ ਨੇ ਉਹ ਬਣਾਉਣੇ ਨੇ। ਸੋ ਬੱਚੋ ਬੜੀ ਵਧੀਆ ਐਕਸਰਸਾਈਜ਼ ਹੈ, ਮੁੱਢਲੀ ਅੰਗਰੇਜ਼ੀ, ਇਹਦੇ ਨਾਲ ਤੁਹਾਡੀ ਜਿਹੜੀ, ਕਿਉਂਕਿ ਅੰਗਰੇਜ਼ੀ ਸਾਡੀ ਮਾਂ ਬੋਲੀ ਨਹੀਂ ਹੈਗੀ, ਬਗਾਨੀ ਬੋਲੀ ਅਸੀਂ ਸਿੱਖਦੇ ਹਾਂ, ਅੰਤਰਰਾਸ਼ਟਰੀ ਬੋਲੀ ਹੈ। ਸੋ ਜਦੋਂ ਇੱਦਾਂ ਤੁਸੀਂ ਸੈਂਟੈਂਸਾਂ ਨੂੰ, ਇੱਕ ਸੈਂਟੈਂਸ ਨੂੰ ਦੂਜੇ ਰੂਪ ਵਿੱਚ ਬਦਲਦੇ ਹੋ, ਇਹਦੇ ਨਾਲ ਤੁਹਾਡੀ ਜਿਹੜੀ ਬੋਲੀ ਦੀ, ਅੰਗਰੇਜ਼ੀ ਦੀ ਮੁਹਾਰਤ ਹੈਗੀ ਹੈ ਉਹ ਬੜੀ ਪੱਕੀ ਹੋ ਜਾਂਦੀ ਹੈ। ਸੋ ਤੁਸੀਂ ਦੇਖੋ ਕਿਵੇਂ ਕਰਨਾ। ਹੀ ਇਜ਼ ਕਲੈਵਰ, ਭਾਵ ਉਹ ਚਤੁਰ ਹੈ। ਤੇ ਅਸੀਂ ਪ੍ਰਸ਼ਨ ਕਿੱਦਾਂ ਬਣਾਵਾਂਗੇ ਇਹਦਾ ਪੰਜਾਬੀ 'ਚ, ਕੀ ਉਹ ਚਤੁਰ ਹੈ। ਸੋ ਇਹ ਕੀ ਹੋ ਜਾਏਗਾ, ਇਜ਼ ਜਿਹੜਾ ਮੋਰੇ ਆ ਜਾਏਗਾ, ਇਜ਼ ਹੀ ਕਲੈਵਰ, ਤੇ ਅੱਗੇ ਪ੍ਰਸ਼ਨ ਚਿੰਨ੍ਹ ਲੱਗ ਜਾਏਗਾ। ਫਿਰ ਹੀ ਵਾਜ਼ ਸਿੰਪਲ, ਉਹ ਸਾਦਾ ਸੀ, ਉਹ ਸਾਦਾ ਸੀ। ਸੋ ਵਾਜ਼ ਮੋਰੇ ਆ ਜਾਏਗਾ, ਕੀ ਉਹ ਸਾਦਾ ਸੀ, ਵਾਜ਼ ਹੀ ਸਿੰਪਲ, ਅੱਗੇ ਪ੍ਰਸ਼ਨ ਚਿੰਨ੍ਹ ਆ ਜਾਏਗਾ। ਰਾਮ ਵਾਜ਼ ਫੀਲਿੰਗ ਟਾਇਰਡ, ਰਾਮ ਥੱਕਿਆ ਮਹਿਸੂਸ ਕਰਦਾ ਸੀ, ਤੇ ਪ੍ਰਸ਼ਨ ਬਣੇਗਾ ਕੀ ਰਾਮ ਥੱਕਿਆ ਮਹਿਸੂਸ ਕਰਦਾ ਸੀ। ਸੋ ਵਾਜ਼ ਜਿਹੜਾ ਹੈ ਉਹ ਸਬਜੈਕਟ ਤੋਂ ਪਹਿਲੇ, ਰਾਮ ਤੋਂ ਪਹਿਲੇ ਆ ਜਾਏਗਾ, ਵਾਜ਼ ਰਾਮ ਫੀਲਿੰਗ ਟਾਇਰਡ, ਇੱਥੇ ਪ੍ਰਸ਼ਨ ਚਿੰਨ੍ਹ ਲੱਗ ਜਾਏਗਾ। ਸੀਤਾ ਵਾਜ਼ ਐਂਗਰੀ, ਸੀਤਾ ਗੁੱਸੇ ਸੀ। ਸੋ ਪ੍ਰਸ਼ਨ ਬਣੇਗਾ ਕੀ ਸੀਤਾ ਗੁੱਸੇ ਸੀ। ਸੋ ਵਾਜ਼ ਮੋਰੇ ਆ ਜਾਏਗਾ, ਵਾਜ਼ ਸੀਤਾ ਐਂਗਰੀ, ਤੇ ਇੱਥੇ ਪ੍ਰਸ਼ਨ ਚਿੰਨ੍ਹ ਲੱਗ ਜਾਏਗਾ। ਅਗਲਾ ਆ ਗਿਆ ਦੇ ਵਰ ਗੁੱਡ ਫਰੈਂਡਸ, ਉਹ ਚੰਗੇ ਦੋਸਤ ਸਨ, ਤੇ ਪ੍ਰਸ਼ਨ ਬਣੇਗਾ ਕੀ ਉਹ ਚੰਗੇ ਦੋਸਤ ਸਨ। ਸੋ ਵਰ ਜਿਹੜਾ ਹੈ, ਹੁਣ ਬੱਚੇ ਬਹੁਵਚਨ ਆ ਗਿਆ ਤੇ ਦੇ ਤੋਂ ਪਹਿਲੇ ਆ ਜਾਏਗਾ, ਵਰ ਦੇ ਗੁੱਡ ਫਰੈਂਡਸ, ਤੇ ਇੱਥੇ ਆ ਜਾਏਗਾ ਪ੍ਰਸ਼ਨ ਚਿੰਨ੍ਹ। ਠੀਕ ਹੈ, ਫਿਰ ਆ ਗਿਆ ਆਈ ਹੈਵ 2 ਬੁੱਕਸ। ਹੁਣ ਬੱਚੇ ਤੇ ਹੈਵ ਜਿਹੜੀ ਆਕਸੀਲਰੀ ਵਰਬ ਨਹੀਂ ਹੈਗੀ, ਇੱਥੇ ਹੈਵ ਇੱਕ ਕਿਸਮ ਦੀ ਮੇਨ ਵਰਬ ਦਾ ਕੰਮ ਕਰਦੀ ਪਈ ਹੈ। ਆਈ ਹੈਵ 2 ਬੁੱਕਸ, ਭਾਵ ਮੇਰੇ ਕੋਲ 2 ਕਿਤਾਬਾਂ ਹਨ, ਤੇ ਪ੍ਰਸ਼ਨ ਕੀ ਬਣੇਗਾ ਕੀ ਮੇਰੇ ਕੋਲ 2 ਕਿਤਾਬਾਂ ਹਨ। ਸੋ ਜਦੋਂ ਇਹਦਾ ਹੈਵ ਮੇਨ ਵਰਬ ਦੇ ਤੌਰ ਤੇ ਵਰਤ ਰਿਹਾ ਹੋਇਆ, ਫਿਰ ਅਸੀਂ ਡੂ ਵਰਤਦੇ ਹਾਂ। ਸੋ ਡੂ ਆਈ ਹੈਵ 2 ਬੁੱਕਸ, ਤੇ ਅੱਗੇ ਆ ਗਿਆ ਪ੍ਰਸ਼ਨ ਚਿੰਨ੍ਹ ਲੱਗ ਜਾਏਗਾ। ਡੂ ਆਈ ਹੈਵ 2 ਬੁੱਕਸ, ਕੀ ਮੇਰੇ ਕੋਲ 2 ਕਿਤਾਬਾਂ ਹਨ। ਫਿਰ ਆਏਗਾ ਅਗਲਾ ਸ਼ੀ ਹੈਜ਼ 3 ਪੈਨਸਿਲਸ, ਹੈਜ਼ ਪੋਜੈਸ਼ਨ, ਅਗੇਨ ਹੈਜ਼ ਇੱਥੇ ਜਿਹੜੀ ਹੈ ਉਹ ਬੱਚਿਓ ਕੀ ਕਹਿੰਦੇ ਮੇਨ ਵਰਬ ਵਰਤੀ ਜਾ ਰਹੀ ਹੈ। ਠੀਕ ਹੈ, ਉਹਦੇ ਕੋਲ ਹਨ, ਸ਼ੀ ਹੈਜ਼ 3 ਪੈਨਸਿਲਸ, ਉਹਦੇ ਕੋਲ 3 ਪੈਨਸਲਾਂ 3 ਕਲਮਾਂ ਹਨ, ਤੇ ਜਵਾਬ ਸਵਾਲ ਬਣੇਗਾ ਕੀ ਉਹਦੇ ਕੋਲ 3 ਕਲਮਾਂ ਹਨ। ਕਿਉਂਕਿ ਬੱਚੋ ਸ਼ੀ ਇੱਕ ਵਚਨ ਹੈਗਾ ਤੇ ਹੈਜ਼ ਵੀ ਲੱਗਾ, ਐਸ ਲੱਗਾ ਇੱਥੇ, ਸੋ ਇੱਥੇ ਬਣੇਗਾ ਡਜ਼। ਜਿਹਦੇ ਇੱਥੇ ਡੂ ਹੈ ਨਾ, ਆਈ ਦੇ ਨਾਲ ਡੂ ਲੱਗਦਾ ਹੈ, ਵੀ ਦੇ ਨਾਲ ਡੂ ਲੱਗਦਾ ਹੈ, ਯੂ ਦੇ ਨਾਲ ਡੂ ਲੱਗਦਾ ਹੈ, ਪਰ ਹੀ ਸ਼ੀ ਇਟ ਇੱਕ ਵਚਨ ਹੋਵੇ ਤੇ ਉਹਦੇ ਨਾਲ ਫਿਰ ਡਜ਼ ਲੱਗਦਾ ਹੈ, ਪ੍ਰੈਜੈਂਟ ਟੈਂਸ ਇੱਕ ਵਚਨ। ਡਜ਼ ਸ਼ੀ ਹੈਵ,
ਤੇ ਡੂ ਡਜ਼ ਡਿਡ ਦੇ ਨਾਲ ਕਦੀ ਵੀ ਹੈਜ਼ ਹੈਵ ਨਹੀਂ ਲੱਗੇ, ਹੈਡ ਨਹੀਂ ਲੱਗੇਗਾ, ਹਮੇਸ਼ਾ ਹੈਵ ਲੱਗੇਗਾ। ਹੈਜ਼ ਜਿਹੜਾ ਹੈ ਉਹ ਹੈਵ ਦੇ ਵਿੱਚ ਬਦਲ ਜਾਏਗਾ। ਡਜ਼ ਸ਼ੀ ਹੈਵ 3 ਪੈਨਸਿਲਸ? ਕੀ ਉਹ ਕੋਲ 3 ਪੈਨਸਿਲਾਂ ਹਨ? ਸੋ ਬੱਚੋ ਹੈਵ ਹੈਡ ਵਾਲੇ ਤੁਹਾਨੂੰ ਇਹਦਾ ਅਭਿਆਸ ਕਰਨਾ ਪਏਗਾ, ਮੈਂ ਤੁਹਾਨੂੰ ਦੱਸਦਾ ਪਿਆ ਬੋਲ ਕੇ, ਅਤੇ ਤੁਸੀਂ ਇਹ ਗੱਲ ਨੂੰ ਧਿਆਨ ਦੇ ਨਾਲ ਸੁਣੋ। ਵੀ ਹੈਡ ਅ ਗੁੱਡ ਟਾਈਮ ਦੇਅਰ, ਭਾਵ ਅਸੀਂ ਉੱਥੇ ਬੜਾ ਆਨੰਦ ਮਾਣਿਆ, ਬੜਾ ਵਧੀਆ ਸਮਾਂ ਕੱਟਿਆ। ਸੋ ਸਵਾਲ ਬਣੇਗਾ ਕੀ ਅਸੀਂ ਉੱਥੇ ਵਧੀਆ ਸਮਾਂ ਕੱਟਿਆ? ਸੋ ਇਹ ਬਣ ਜਾਏਗਾ, ਕਿਉਂਕਿ ਬੱਚੋ ਹੈਡ ਹੈ ਨਾ, ਹੈਡ ਹੁਣ ਹੈਗਾ ਪਾਸਟ ਟੈਂਸ। ਜਦੋਂ ਪਾਸਟ ਟੈਂਸ ਵਿੱਚ ਸਵਾਲ ਕਰਨਾ ਹੋਵੇ ਤਾਂ ਫਿਰ ਡਿਡ ਲੱਗਦਾ, ਡਿਡ ਡਿਡ ਵੀ ਹੈਵ, ਅਤੇ ਇਹ ਹੈਡ ਦਾ ਬਣ ਜਾਏਗਾ ਹੈਵ। ਇਹ ਯਾਦ ਰੱਖਣਾ, ਡੂ ਡਜ਼ ਡਿਡ ਇਹਨਾਂ ਦੇ ਨਾਲ ਹਮੇਸ਼ਾ ਹੈਵ ਆਏਗਾ। ਜੇ ਇੱਥੇ ਤਾਂ ਹੈਵ ਸੀਗਾ ਪਹਿਲੇ ਹੀ, ਸੋ ਹੈਵ ਦਾ ਹੈਵ ਰਿਹਾ, ਕਿਉਂ ਆਈ ਦੇ ਨਾਲ ਹੈਵ ਲੱਗਦਾ, ਅਤੇ ਡੂ ਦੇ ਨਾਲ ਵੀ ਹੈਵ ਲੱਗਣਾ ਹੀ ਲੱਗਣਾ। ਸ਼ੀ ਹੀ ਇਟ ਦੇ ਨਾਲ ਹੈਜ਼ ਲੱਗਦਾ ਪ੍ਰੈਜੈਂਟ ਟੈਂਸ ਦੇ ਵਿੱਚ, ਪ੍ਰੈਜੈਂਟ ਟੈਂਸ ਦੇ ਵਿੱਚ। ਅਤੇ ਜਦੋਂ ਉਹਨੂੰ ਸਵਾਲ ਬਦਲਾਂਗੇ ਤਾਂ ਉਹ ਕੀ ਹੋ ਜਾਏਗਾ, ਡਜ਼ ਆ ਜਾਏਗਾ, ਅਤੇ ਡਜ਼ ਦੇ ਨਾਲ ਹੈਵ ਆਏਗਾ, ਡਜ਼ ਦੇ ਨਾਲ ਹੈਜ਼ ਕਦੀ ਨਹੀਂ ਆਏਗਾ। ਇਸੀ ਤਰ੍ਹਾਂ ਡਿਡ ਪਾਸਟ ਟੈਂਸ ਵਾਸਤੇ ਹੁੰਦਾ, ਡਿਡ ਦੇ ਨਾਲ ਕਦੀ ਵੀ ਹੈਡ ਜਾਂ ਹੈਜ਼ ਨਹੀਂ ਆਏਗਾ, ਹਮੇਸ਼ਾ ਹੈਵ ਆਏਗਾ। ਇਹ ਯਾਦ ਰੱਖਣਾ, ਡੂ ਡਜ਼ ਡਿਡ ਦੇ ਨਾਲ ਹੈਵ ਆਏਗਾ, ਕਦੀ ਹੈਜ਼ ਹੈਡ ਨਹੀਂ ਆਏਗਾ। ਇਹ ਦਿਮਾਗ 'ਚ ਗੱਲ, ਇਹ ਤੁਸੀਂ ਨੋਟ ਕਰ ਲਓ ਇੱਕ ਪਾਸੇ। ਸੋ ਕਿਉਂਕਿ ਹੈਡ ਬੱਚਿਓ ਇਹ ਕੀ ਹੈਗਾ, ਇੱਥੇ ਹੈਵ ਹੈਜ਼ ਹੈਡ ਇਹ ਸਾਰੀ ਮੇਨ ਵਰਬ ਦੇ ਤੌਰ 'ਤੇ ਵਰਤੀ ਗਈ ਹੈ, ਭਾਵ ਇਹ ਕਿਸੇ ਚੀਜ਼ ਦੇ ਮਲਕੀਅਤ ਨੂੰ ਦਰਸਾ ਰਹੀ ਹੈ। ਆਈ ਹੈਵ 2 ਬੁੱਕਸ, ਮੇਰੇ ਕੋਲ 2 ਕਿਤਾਬਾਂ ਹਨ। ਸ਼ੀ ਹੈਜ਼ 3 ਪੈਨਸਲ, ਉਹ ਕੋਲ 3 ਕਲਮਾਂ ਹਨ। ਵੀ ਹੈਡ ਅ ਗੁੱਡ ਟਾਈਮ, ਭਾਵ ਅਸੀਂ ਚੰਗਾ ਸਮਾਂ ਮਾਣਿਆ, ਠੀਕ ਹੈ, ਚੰਗਾ ਆਨੰਦ ਲਿਆ, ਚੰਗਾ ਸਮਾਂ ਕੱਟਿਆ। ਸੋ ਡਿਡ ਵੀ ਹੈਵ ਅ ਗੁੱਡ ਟਾਈਮ ਦੇਅਰ, ਇਹਦਾ ਬਣੇਗਾ। ਆਈ ਹੈਵ ਟੂ ਡੂ ਇਟ, ਹੁਣ ਬੱਚੋ ਹੈਵ ਟੂ ਡੂ ਇੱਕ ਕਿਸਮ ਦਾ ਕਹਿ ਲਓ ਕਿ ਐਕਸਪ੍ਰੈਸ਼ਨ ਹੈਗਾ, ਹੈਵ ਟੂ ਡੂ ਇਟ, ਵੀ ਮੈਨੂੰ ਮੈਨੂੰ ਕਰਨਾ ਪੈਣਾ ਹੈ। ਹੈਵ ਟੂ ਡੂ, ਜਦੋਂ ਕਿਸੇ ਚੀਜ਼ ਦਾ ਦਬਾਅ ਹੋਵੇ, ਉੱਤੇ ਜ਼ੋਰ ਹੋਵੇ ਵੀ ਇਹ ਕਰਨਾ ਹੀ ਪੈਣਾ, ਉਹ ਤੋਂ ਬਚਣ ਦਾ ਕੋਈ ਰਾਹ ਨਹੀਂ ਹੈਗਾ, ਫਿਰ ਅਸੀਂ ਕਹਿੰਦੇ ਹੈਵ ਟੂ ਡੂ, ਠੀਕ ਹੈ ਨਾ? ਇਹ ਯਾਦ ਰੱਖਣਾ, ਆਈ ਹੈਵ ਟੂ ਡੂ ਇਟ, ਮੈਨੂੰ ਇਹ ਕਰਨਾ ਪੈਣਾ ਹੈ। ਅਤੇ ਸਵਾਲ ਬਣੇਗਾ ਕੀ ਮੈਨੂੰ ਇਹ ਕਰਨਾ ਪੈਣਾ ਹੈ? ਸੋ ਆਈ ਹੈਗਾ ਹੈਵ ਹੈਗਾ, ਅਤੇ ਕੀ ਆ ਜਾਏਗਾ ਡੂ, ਡੂ ਆਈ ਹੈਵ ਟੂ ਡੂ ਇਟ, ਕੀ ਮੈਨੂੰ ਇਹ ਕਰਨਾ ਪੈਣਾ ਹੈ, ਅਤੇ ਅੱਗੇ ਆ ਜਾਏਗਾ ਪ੍ਰਸ਼ਨ ਚਿੰਨ। ਅੱਗੇ ਚਲੀਏ, ਸੋਹਨ ਹੈਡ ਫਿਨਿਸ਼ਡ ਹਿਜ਼ ਵਰਕ। ਹੁਣ ਇੱਥੇ ਬੱਚੋ ਹੈਡ ਜਿਹੜੀ ਆਕਸੀਲਰੀ ਵਰਬ ਹੈ, ਮੇਨ ਵਰਬ ਹੈਗੀ ਹੈ ਐਵਲੀ ਫਿਨਿਸ਼ਡ, ਠੀਕ ਹੈ। ਹੁਣ ਇਹ ਹੈਗਾ ਪਾਸਟ ਟੈਂਸ, ਸੋ ਇਹਨੂੰ ਹੈਡ ਇੱਦਾਂ ਕਾਇਮ ਰੱਖਾਂਗੇ। ਜਦੋਂ ਮੇਨ ਵਰਬ ਵੱਖਰੀ ਹੋਵੇ ਫਿਰ ਹੈਡ ਅਸੀਂ ਹਟਾਉਂਦੇ ਨਹੀਂ, ਫਿਰ ਅਸੀਂ ਡੂ ਡਿਡ ਵਗੈਰਾ ਇਹਦੀ ਵਰਤਣ ਦੀ ਲੋੜ ਨਹੀਂ ਪੈ ਜਾਂਦੀ। ਫਿਰ ਆਏਗਾ ਹੈਡ ਸੋਹਨ ਫਿਨਿਸ਼ਡ ਹਿਜ਼ ਵਰਕ, ਇਹ ਹੈਡ ਕਿਸਮ ਦੀ ਕੀ ਆ ਗਈ, ਜਿੱਦਾਂ ਇਜ਼ ਵਾਜ਼ ਐਮ ਆਰ ਸੀ ਨਾ ਪਹਿਲੇ, ਅਤੇ ਅਸੀਂ ਮੋਹਰੇ ਲੈ ਕੇ ਆਉਂਦੇ ਸੀਗੇ, ਅਤੇ ਹੈਡ ਇੱਥੇ ਆ ਜਾਏਗਾ। ਹੈਡ ਸੋਹਨ ਫਿਨਿਸ਼ਡ ਹਿਜ਼ ਵਰਕ, ਕੀ ਸੋਹਨ ਆਪਣਾ ਕੰਮ ਮੁਕਾ ਚੁੱਕਾ ਸੀ? ਸੋਹਨ ਹੈਡ ਫਿਨਿਸ਼ਡ ਹਿਜ਼ ਵਰਕ, ਮਤਲਬ ਕਿ ਸੋਹਨ ਆਪਣਾ ਕੰਮ ਮੁਕਾ ਚੁੱਕਾ ਸੀ। ਹੈਡ ਸੋਹਨ ਫਿਨਿਸ਼ਡ ਹਿਜ਼ ਵਰਕ, ਕੀ ਸੋਹਨ ਆਪਣਾ ਕੰਮ ਮੁਕਾ ਚੁੱਕਾ ਸੀ? ਫਿਰ ਆਈ ਸ਼ੈਲ ਗੋ ਦੇਅਰ ਟੁਮਾਰੋ, ਮੈਂ ਉੱਥੇ ਕੱਲ੍ਹ ਜਾਵਾਂਗਾ। ਸਵਾਲ ਬਣੇਗਾ ਕੀ ਮੈਂ ਉੱਥੇ ਕੱਲ੍ਹ ਜਾਵਾਂਗਾ? ਸਵੈ ਬੱਚੇ ਕੀ ਹੈ, ਸ਼ੈਲ ਮੋਰੇ ਆ ਜਾਏਗਾ ਆਈ ਤੋਂ। ਸ਼ੈਲ ਆਈ ਗੋ ਦੇਅਰ ਟੁਮਾਰੋ, ਕੀ ਮੈਂ ਉੱਥੇ ਕੱਲ੍ਹ ਜਾਵਾਂਗਾ? ਹੀ ਵਿਲ ਪਲੇ ਅ ਮੈਚ, ਉਹ ਇੱਕ ਮੈਚ ਖੇਡੇਗਾ। ਸਵਾਲ ਬਣੇਗਾ ਕੀ ਉਹ ਮੈਚ ਖੇਡੇਗਾ? ਸੋ ਵਿਲ ਇੱਥੇ ਆ ਜਾਏਗਾ, ਮੋਰੇ ਵਿਲ ਹੀ ਪਲੇ ਅ ਮੈਚ, ਕੁਸ਼ਚਨ ਮਾਰਕ ਲੱਗ ਜਾਏਗਾ। ਆਈ ਕੈਨ ਡੂ ਇਟ, ਮੈਂ ਇਹ ਕਰ ਸਕਦਾ ਹਾਂ। ਸਵਾਲ ਬਣੇਗਾ ਕੀ ਮੈਂ ਇਹ ਕਰ ਸਕਦਾ ਹਾਂ? ਸੋ ਕੈਨ ਮੋਰੇ ਆ ਜਾਏਗਾ, ਕੈਨ ਆਕਸੀਲਰੀ ਵਰਬ ਹੈ, ਕੈਨ ਆਈ ਡੂ ਇਟ, ਠੀਕ ਹੈ। ਫਿਰ ਆ ਗਿਆ ਹੀ ਮੇ ਹੈਲਪ ਯੂ, ਹੈ ਮੇ ਵੀ ਇੱਥੇ ਆਕਸੀਲਰੀ ਵਰਬ ਹੈਗੀ ਹੈ। ਹੀ ਮੇ ਹੈਲਪ ਯੂ, ਉਹ ਤੇਰੀ ਮਦਦ ਕਰ ਸਕਦਾ ਹੈ, ਉਹ ਸ਼ਾਇਦ ਤੇਰੀ ਮਦਦ ਕਰੇ। ਸੋ ਇਹ ਬਣ ਜਾਏਗਾ ਮੇ ਮੋਰੇ ਆ ਜਾਏਗਾ, ਮੇ ਈ ਹੈਲਪ ਯੂ। ਅੱਗੇ ਚਲੀਏ, ਯੂ ਕੁਡ ਰਾਈਟ, ਤੂੰ ਲਿਖ ਸਕਦਾ ਸੀ। ਸੋ ਸਵਾਲ ਬਣੇਗਾ ਕੀ ਤੂੰ ਲਿਖ ਸਕਦਾ ਸੀ?
ਸੋ ਕੁਡ ਇੱਥੇ ਕੀ ਹੈ ਬੱਚੋ, ਮਾਡਲ ਵਰਬ ਹੈਗੀ, ਆਕਸਲਰੀ ਵਰਬ ਹੈਗੀ ਹੈ, ਮੋਰੇ ਆ ਜਾਏਗੀ। ਕੁਡ ਯੂ ਰਾਈਟ, ਕੁਸ਼ਚਨ ਮਾਰਕ ਲੱਗ ਗਿਆ। ਸੋ ਸਿੰਪਲ, ਦੀ ਸਨ ਡਜ਼ ਨਾਟ ਸ਼ਾਈਨ ਐਟ ਨਾਈਟ, ਸੂਰਜ ਰਾਤ ਨੂੰ ਨਹੀਂ ਚਮਕਦਾ। ਤੇ ਇਹਨੂੰ ਬੱਚੋ ਅੰਗਰੇਜ਼ੀ ਦੋ ਰੂਪ 'ਚ ਲਿਖ ਸਕਦੇ ਹਾਂ। ਇਹ ਕਿਉਂਕਿ ਡਜ਼ ਹੈਗਾ ਨਾ, ਦੇਖੋ ਡਜ਼ ਦੀ ਸਨ, ਇਹ ਡਜ਼, ਅਤੇ ਇਸ ਤੋਂ ਪਹਿਲੇ ਜਿਹੜਾ ਆਪਣਾ ਸਬਜੈਕਟ ਹੈਗਾ ਇਹ ਲੱਗੇਗਾ। ਡਜ਼ ਦੀ ਸਨ ਨਾਟ ਸ਼ਾਈਨ ਐਟ ਨਾਈਟ, ਇੱਕ ਤਾਂ ਇਹ ਤਰੀਕਾ ਹੈਗਾ, ਡਜ਼ ਦੀ ਸਨ ਨਾਟ, ਅਤੇ ਨਾਟ ਨੂੰ ਇੱਥੇ ਲਿਆ ਜਾ ਸਕਦਾ ਹੈ, ਅਤੇ ਕੰਟਰੈਕਸ਼ਨ ਵਰਤਿਆ ਜਾ ਸਕਦਾ ਹੈ, ਐਨ ਏ ਪੋਸਟ੍ਰੋਫੀ ਟੀ, ਐਨ ਓ ਟੀ, ਡਜ਼ ਨਾਟ। ਇਹ ਖਿਆਲ ਰੱਖਣਾ ਬੱਚਿਓ, ਜਦੋਂ ਨਾਟ ਵੱਖਰਾ, ਡਜ਼ ਔਰ ਨਾਟ ਵੱਖਰਾ ਵੱਖਰਾ ਵਰਤਣਾ ਹੈ, ਅਤੇ ਸਬਜੈਕਟ ਦੇ ਵਿੱਚ ਆਏਗਾ, ਡਜ਼ ਔਰ ਨਾਟ ਦੇ ਵਿੱਚ ਸਬਜੈਕਟ ਆਏਗਾ। ਡਜ਼ ਦੀ ਸਨ ਨਾਟ ਸ਼ਾਈਨ ਐਟ ਨਾਈਟ, ਅਤੇ ਜਦੋਂ ਅਸੀਂ ਇਕੱਠਾ ਕਰਨਾ ਹੈ, ਫਿਰ ਤਾਂ ਇਕੱਠਾ ਕਰ ਹੀ ਰਹਿਣਾ, ਫਿਰ ਅਸੀਂ ਨਾਟ ਨੂੰ ਇੱਥੇ ਚੱਕ ਕੇ ਲੈਣ ਦਾ, ਡਜ਼ਨਟ, ਪਰ ਅਸੀਂ ਫਿਰ ਡਜ਼ ਨਾਟ ਨਹੀਂ ਲਿਖ ਸਕਦੇ, ਫਿਰ ਸਾਨੂੰ ਡਜ਼ਨਟ ਹੀ ਲਿਖਣਾ ਪਏਗਾ। ਇਹਨੂੰ ਕਹਿੰਦੇ ਕੰਟਰੈਕਸ਼ਨ, ਭਾਵ ਅਸੀਂ ਓ ਨੂੰ ਹਟਾ ਦਿੱਤਾ ਅਤੇ ਉੱਤੇ ਏ ਪੋਸਟ੍ਰੋਫੀ ਲਿਖ ਦਿੱਤੀ। ਦੋਨੋਂ ਗ੍ਰੈਮਰ ਦੇ ਪੱਖੋਂ ਠੀਕ ਨੇ। ਡਜ਼ਨਟ ਦਾ ਸਨ ਸ਼ਾਈਨ ਐਟ ਨਾਈਟ, ਡਜ਼ਨਟ ਜਿਹੜਾ ਆਮ ਤੌਰ 'ਤੇ ਅਸੀਂ ਬੋਲ ਚਾਲ ਦੀ ਬੋਲੀ ਵਿੱਚ ਜ਼ਿਆਦਾ ਵਰਤਦੇ ਹਾਂ, ਲਿਖਤੀ ਵਿੱਚ ਘੱਟ ਵਰਤਦੇ ਹਾਂ, ਪਰ ਲਿਖਤੀ ਵਿੱਚ ਵੀ ਜੇ ਲਿਖੋ ਤਾਂ ਗਲਤ ਨਹੀਂ ਮੰਨਿਆ ਜਾਏਗਾ। ਇਹਨੂੰ ਅਸੀਂ ਕਹਿੰਦੇ ਨੇ ਫਾਰਮਲ ਰਾਈਟਿੰਗ ਅਤੇ ਇਨਫੋਰਮਲ ਰਾਈਟਿੰਗ, ਠੀਕ ਹੈ। ਸੋ ਇਹਨੂੰ ਦੋ ਰੂਪਾਂ 'ਚ ਲਿਖਿਆ ਜਾ ਸਕਦਾ, ਜਿਹੜੇ ਨੈਗੇਟਿਵ ਸੈਂਟੈਂਸ ਨੇ, ਡਜ਼ ਦੀ ਸਨ ਨਾਟ ਸ਼ਾਈਨ ਐਟ ਨਾਈਟ ਕੁਸ਼ਚਨ ਮਾਰਕ, ਡਜ਼ਨਟ ਦੀ ਸਨ ਸ਼ਾਈਨ ਐਟ ਨਾਈਟ ਕੁਸ਼ਚਨ ਮਾਰਕ। ਅਗਲਾ ਆ ਗਿਆ, ਹੀ ਬੀਟਸ ਦ ਡੋਂਕੀ ਵਿਦ ਅ ਸਟਿਕ, ਠੀਕ ਹੈ। ਅਤੇ ਉਹ ਹੀ ਬੀਟਸ ਹਿਸ ਡੋਂਕੀ ਵਿਦ ਅ ਸਟਿਕ, ਡੋਂਕੀ ਮੈਨੇ ਖੋਤਾ, ਹਿਸ ਮੈਨੇ ਉਹਦਾ, ਉਹ ਆਪਣੇ ਖੋਤੇ ਨੂੰ ਸੋਟੀ ਨਾਲ ਕੁੱਟਦਾ ਹੈ। ਤੋ ਸਵਾਲ ਬਣੇਗਾ ਕਿ ਉਹ ਆਪਣੇ ਖੋਤੇ ਨੂੰ ਸੋਟੀ ਨਾਲ ਕੁੱਟਦਾ ਹੈ। ਸੋ ਇੱਥੇ ਕਿਉਂਕਿ ਬੀਟਸ ਹੈਗਾ, ਪ੍ਰੈਜੈਂਟ ਟੈਂਸ ਹੈਗਾ, ਸੋ ਬੱਚਿਓ ਕੀ ਬਣੇਗਾ, ਡਜ਼ ਹੀ ਬੀਟ। ਹੁਣ ਡਜ਼, ਡੂ, ਡਿਡ ਦੇ ਨਾਲ ਕਦੀ ਵੀ ਫਸਟ ਫਾਰਮ ਇਹ ਬਣੀ ਸੈਕਿੰਡ ਫਾਰਮ ਨਹੀਂ ਆਉਂਦੀ, ਅਤੇ ਨਾ ਹੀ ਐਸ ਆਉਂਦਾ, ਉਹ ਐਸ ਉੱਡ ਜਾਏਗਾ। ਜਦੋਂ ਡਜ਼ ਆਏਗਾ ਤਾਂ ਇੱਥੋਂ ਐਸ ਉੱਡ ਜਾਏਗਾ, ਇਹ ਵਾਲਾ ਐਸ ਉੱਡ ਜਾਏਗਾ। ਡਜ਼ ਹੀ ਬੀਟ ਹਿਸ ਡੋਂਕੀ ਵਿਦ ਅ ਸਟਿਕ, ਕੀ ਉਹ ਆਪਣੇ ਖੋਤੇ ਨੂੰ ਸੋਟੀ ਨਾਲ ਮਾਰਦਾ ਹੈ। ਹੀ ਸੀਜ਼ ਅਨਦਰ ਡੋਗ, ਉਹ ਇੱਕ ਦੂਜਾ ਕੁੱਤਾ ਦੇਖ ਰਿਹਾ ਹੈ, ਉਹਨੂੰ ਇੱਕ ਦੂਜਾ ਕੁੱਤਾ ਦਿਖ ਰਿਹਾ ਹੈ, ਕਿ ਉਹਨੂੰ ਦੂਜਾ ਕੁੱਤਾ ਦਿਖ ਰਿਹਾ ਹੈ। ਸੋ ਇਹ ਬਣ ਜਾਏਗਾ ਡਜ਼ ਹੈ ਨਾ ਬੱਚੋ, ਇਹ ਸੀਜ਼ ਹੈ ਨਾ, ਸੋ ਬਣ ਜਾਏਗਾ ਡਜ਼। ਹੀ ਸ਼ੀ ਇਟ ਦੇ ਨਾਲ ਹਮੇਸ਼ਾ ਵਰਬ ਦੀ ਪ੍ਰੈਜੈਂਟ ਟੈਂਸ ਹੋਵੇ ਤੇ ਐਸ ਲੱਗ ਜਾਂਦਾ ਹੈ, ਡੂ ਨਾਲ ਡਜ਼ ਬਣ ਜਾਂਦਾ ਹੈ, ਪਲੇ ਦਾ ਪਲੇਸ ਬਣ ਜਾਂਦਾ ਹੈ, ਈਟ ਦਾ ਈਟਸ ਬਣ ਜਾਂਦਾ ਹੈ, ਡਰਿੰਕ ਦਾ ਡਰਿੰਕਸ ਬਣ ਜਾਂਦਾ ਹੈ, ਸਲੀਪ ਦਾ ਸਲੀਪਸ ਬਣ ਜਾਂਦਾ ਹੈ, ਹੀ ਸ਼ੀ ਇਟ ਦੇ ਨਾਲ ਪ੍ਰੈਜੈਂਟ ਟੈਂਸ ਦੇ ਵਿੱਚ। ਸੋ ਬਣ ਜਾਏਗਾ ਡਜ਼ ਹੀ ਸੀ ਅਨਦਰ ਡੋਗ ਕੁਸ਼ਚਨ ਮਾਰਕ। ਦੀ ਹਾਰਸ ਰਨਸ ਵੈਰੀ ਫਾਸਟ, ਦੀ ਹਾਰਸ ਇੱਕ ਵਚਨ ਹੈਗਾ, ਰਨਸ ਦੇਖੋ ਵਰਬ ਦੇ ਨਾਲ ਐਸ ਆ ਗਿਆ। ਇਹ ਘੋੜਾ ਬਹੁਤ ਤੇਜ਼ ਦੌੜਦਾ ਹੈ, ਕੀ ਹੈ, ਘੋੜਾ ਬਹੁਤ ਤੇਜ਼ ਦੌੜਦਾ ਹੈ। ਸੋ ਬਣ ਜਾਏਗਾ ਡਜ਼ ਦੀ ਹਾਰਸ ਰਨ ਵੈਰੀ ਫਾਸਟ। ਅੱਗੇ ਚਲੀਏ, ਦੇ ਪਲੇ ਆ ਮੈਚ, ਉਹ ਮੈਚ ਖੇਡਦੇ ਹਨ। ਹੁਣ ਦੇਖੋ ਬੱਚੇ, ਦੇ ਬਹੁਵਚਨ ਹੈਗਾ, ਇਸ ਕਰਕੇ ਪਲੇ ਦੇ ਨਾਲ ਐਸ ਨਹੀਂ ਆਇਆ, ਠੀਕ ਹੈ ਨਾ। ਜੇ ਹੁੰਦਾ ਨਾ ਹੀ ਪਲੇਜ਼ ਆ ਮੈਚ, ਫਿਰ ਆਉਣਾ ਹੀ ਦੇ ਨਾਲ ਐਸ ਆਉਣਾ ਸੀਗਾ, ਦੇ ਬਹੁਵਚਨ ਹੈ, ਪਲੂਰਲ ਹੈਗਾ, ਇਹਦੇ ਨਾਲ ਫਿਰ ਐਸ ਨਹੀਂ ਲੱਗੇਗਾ। ਦੇ ਪਲੇ ਆ ਮੈਚ, ਉਹ ਇੱਕ ਮੈਚ ਖੇਡਦੇ ਹਨ, ਅਤੇ ਫਿਰ ਜਿਲੇ ਐਸ ਨਾ ਹੋਵੇ, ਫਿਰ ਅਸੀਂ ਐਸ ਨਹੀਂ ਵਰਤ ਡਜ਼ ਨਹੀਂ ਵਰਤ ਰਹੇ, ਡੂ ਵਰਤਦੇ ਹਾਂ। ਡੂ ਦੇ ਪਲੇ ਆ ਮੈਚ, ਕੀ ਉਹ ਮੈਚ ਖੇਡਦੇ ਹਨ। ਹੀ ਵੇਟਿਡ ਹੇਅਰ ਫੋਰ ਐਨ ਆਰ, ਵੇਟਿਡ, ਹੁਣ ਦੇਖੋ ਬੱਚੇ ਵੇਟਿਡ ਕੀ ਹੈਗਾ, ਪਾਸਟੈਂਸ ਹੈਗਾ, ਜਦੋਂ ਪਾਸਟੈਂਸ ਹੋਵੇ ਤਾਂ ਸਵਾਲ ਦੇ ਵਿੱਚ ਡਿਡ ਆ ਜਾਂਦਾ, ਅਤੇ ਡਿਡ ਦੇ ਨਾਲ ਫਿਰ ਵੇਟ ਨਹੀਂ, ਵੇਟਿਡ ਨਹੀਂ ਆਏਗਾ, ਵੇਟ ਆਏਗਾ। ਡੂ ਡਜ਼ ਡਿਡ ਦੇ ਨਾਲ ਹਮੇਸ਼ਾ ਫਸਟ ਫਾਰਮ ਆਫ ਵਰਬ ਬਣਦੀ ਹੈ। ਹੀ ਵੇਟਿਡ ਹੇਅਰ ਫੋਰ ਐਨ ਆਰ, ਉਹਨੇ ਇੱਥੇ ਇੱਕ ਘੰਟਾ ਉਡੀਕ ਕੀਤੀ। ਡਿਡ ਹੀ ਵੇਟ ਹੇਅਰ ਫੋਰ ਐਨ ਆਰ, ਕੀ ਉਹਨੇ ਇੱਥੇ ਇੱਕ ਘੰਟਾ ਉਡੀਕ ਕੀਤੀ, ਇਹ ਸਵਾਲ ਬਣ ਜਾਏਗਾ। ਦੀ ਟ੍ਰੇਨ ਸਟਾਰਟਿਡ ਐਟ 10, ਭਾਵ ਟ੍ਰੇਨ, ਗੱਡੀ 10 ਵਜੇ ਤੁਰ ਪਈ, 10 ਵਜੇ ਚਾਲੂ ਹੋ ਪਈ। ਸੋ ਸਟਾਰਟਿਡ ਪਾਸਟ ਟੈਂਸ ਹੈਗਾ, ਸੋ ਡਿਡ ਆਏਗਾ।
ਡਿਡ ਦੀ ਟ੍ਰੇਨ ਸਟਾਰਟ ਐਟ 10? ਕੀ ਗੱਡੀ 10 ਵਜੇ ਤੁਰ ਪਈ? ਹੀ ਨੈਵਰ ਲੂਜ਼ ਹਾਰਟ, ਹੀ ਨੈਵਰ ਲੋਸਟ ਹਾਰਟ, ਲੂਜ਼ ਲੋਸਟ ਲੋਸਟ। ਹੁਣ ਬੱਚੋ ਲੂਜ਼ ਹਾਰਟ ਕੀ ਹੁੰਦਾ? ਇੱਕ ਮੁਹਾਵਰਾ ਹੈਗਾ, ਲੂਜ਼ ਹਾਰਟ ਮੈਨੇ ਹੋਣਾ ਹੁੰਦਾ ਦਿਲ ਛੱਡਣਾ, ਹੌਸਲਾ ਛੱਡਣਾ। ਕਹਿੰਦੇ ਹੀ ਨੈਵਰ ਲੋਸਟ ਹਾਰਟ, ਭਾਵ ਉਹਨੇ ਕਦੀ ਵੀ ਹੌਸਲਾ ਨਹੀਂ ਛੱਡਿਆ, ਉਹਨੇ ਕਦੀ ਵੀ ਦਿਲ ਨਹੀਂ ਹਾਰਿਆ। ਸੋ ਇਹ ਬਣ ਜਾਏਗਾ ਲੋਸਟ ਹੈ ਬੱਚਿਓ, ਪਾਸਟ ਟੈਂਸ ਹੈਗਾ, ਸੋ ਡਿਡ ਹੈਗਾ, ਡਿਡ ਹੀ ਨੈਵਰ ਲੂਜ਼। ਹੁਣ ਲੂਜ਼ ਕੀ ਹੈ ਬੱਚੋ? ਲੋਸਟ ਦੀ ਫਸਟ ਫਾਰਮ ਹੈਗੀ ਹੈ, ਅਤੇ ਡੂ ਡਸ ਡਿਡ ਦੇ ਨਾਲ ਹਮੇਸ਼ਾ ਫਸਟ ਫਾਰਮ ਆਫ ਵਰਬ ਬਣਦੀ ਹੈ। ਸੋ ਡਿਡ ਹੀ ਨੈਵਰ ਲੂਜ਼ ਹਾਰਟ, ਕੀ ਉਹਨੇ ਕਦੀ ਵੀ ਦਿਲ ਨਹੀਂ ਹਾਰਿਆ, ਕੀ ਉਹਨੇ ਕਦੀ ਵੀ ਹੌਸਲਾ ਨਹੀਂ ਛੱਡਿਆ। ਆਉਣ ਦੇਖੀਏ ਆਖਰੀ ਦੋ ਸੈਂਟੈਂਸ। ਆਈ ਡਿਡ ਨਾਟ ਫਾਈਂਡ ਹਿਮ ਦੇਅਰ, ਮੈਨੂੰ ਉੱਥੇ ਨਹੀਂ ਲੱਭਾ। ਅਤੇ ਮੈਂ ਉੱਥੇ ਗਿਆ, ਤੁਸੀਂ ਕਿਹਾ ਸੀ ਦੇਖੋ ਉੱਥੇ ਹੋਣਾ ਬੈਠਾ ਕਿਤੇ, ਮੈਨੂੰ ਉਹ ਆਈ ਡਿਡ ਨਾਟ ਫਾਈਂਡ ਹਿਮ ਦੇਅਰ। ਹੁਣ ਡਿਡ ਹੈਗਾ ਬੱਚੇ ਪਾਸਟ ਟੈਂਸ ਹੈਗਾ, ਸੋ ਇਹ ਜਿਹੜਾ ਡਿਡ ਆਈ ਨਾਟ ਫਾਈਂਡ ਹਿਮ ਦੇਅਰ, ਕਿ ਮੈਂ ਉਹਨੂੰ ਉੱਥੇ ਨਹੀਂ ਲੱਭਿਆ, ਠੀਕ ਹੈ, ਕਿ ਉਹ ਮੈਨੂੰ ਉੱਥੇ ਨਹੀਂ ਮਿਲਿਆ। ਹੁਣ ਇਹ ਡਿਡ ਨਾਟ ਹੈ ਨਾ, ਹੁਣ ਆਈ ਇਹ ਦੱਸਿਆ ਤੁਹਾਨੂੰ, ਦੇਖੋ ਡਿਡ ਔਰ ਨਾਟ ਦੇ ਵਿੱਚ ਸਬਜੈਕਟ ਵਿੱਚ ਆਏਗਾ, ਪਰ ਜੇ ਨਾਟ ਮੈਂ ਜੋੜਨਾ ਡਿਡਨਟ ਆਈ, ਸੋ ਇਹ ਨਾਟ ਇੱਥੇ ਆ ਜਾਏਗਾ। ਪਰ ਇਹਨੂੰ ਕੰਟਰੈਕਸ਼ਨ ਵਰਤਾਂਗੇ, ਐਨ ਉਹ ਹਟਾ ਦਾਂਗੇ ਅਤੇ ਉੱਤੇ ਇਹ ਪੋਸਟ੍ਰੋਫੀ ਲੱਗ ਜਾਏਗੀ ਅਤੇ ਇਕੱਠਾ ਹੋ ਜਾਏਗਾ, ਡਿਡਨਟ ਆਈ ਫਾਈਂਡ ਹਿਮ ਦੇਅਰ। ਭਾਵ ਕਿ ਮੈਨੂੰ ਉੱਥੇ ਨਹੀਂ ਮਿਲਿਆ, ਕਿ ਮੈਂ ਉਹਨੂੰ ਉੱਥੇ ਨਹੀਂ ਲੱਭਿਆ, ਮੈਂ ਉਹਨੂੰ ਉੱਥੇ ਨਹੀਂ ਦੇਖਿਆ, ਠੀਕ ਹੈ। ਦੀ ਰੋਜ਼ ਸਮੈਲ ਸਵੀਟ, ਹੁਣ ਬੱਚਿਓ ਇਹ ਦੇਖੋ ਇੱਥੇ ਦੀ ਰੋਜ਼ ਸਮੈਲਟ, ਸੋਰੀ ਸਮੈਲ ਸਮੈਲਟ ਸਮੈਲਟ ਸਮੈਲ ਜਿਹੜਾ ਹੈਗਾ ਫਸਟ ਫਾਰਮ ਹੈਗੀ ਹੈ, ਸਮੈਲਟ ਸੈਕਿੰਡ ਫਾਰਮ, ਸਮੈਲਟ ਵੀ ਥਰਡ ਫਾਰਮ। ਜਦੋਂ ਸਮੈਲਟ ਆਵੇ ਤੇ ਉਹਨਾਂ ਨੇ ਪਾਸਟ ਟੈਂਸ ਦੀ ਗੱਲ ਹੋ ਰਹੀ ਹੈ, ਤੇ ਜਦੋਂ ਕੁਐਸਚਨ ਬਣਾਉਣਾ ਉਹਦਾ ਤੇ ਕੀ ਹੋ ਜਾਏਗਾ, ਫਸਟ ਸੈਕਿੰਡ ਫਾਰਮ ਦੀ ਫਸਟ ਫਾਰਮ ਬਣ ਜਾਏਗੀ ਤੇ ਨਾਲ ਡਿਡ ਆ ਜਾਏਗਾ, ਠੀਕ ਹੈ। ਦੀ ਰੋਜ਼ ਸਮੈਲਟ ਸਵੀਟ, ਭਾਵ ਗੁਲਾਬ ਦੇ ਸਵੈਲ ਦੀ ਵਾਸ਼ਨਾ ਬੜੀ ਬੜੀ ਮਹਿਕ ਜਿਹੜੀ ਸਵਾ ਬੜੀ, ਇੱਥੇ ਸਵੀਟ ਦਾ ਮਤਲਬ ਕਿ ਬੜੀ ਸੋਹਣੀ ਸੀ, ਬੜੀ ਚੰਗੀ ਸੀ, ਬੜੀ ਦਿਲ ਖਿੱਚਵੀਂ ਸੀ, ਮਨ ਨੂੰ ਭਾਉਣ ਵਾਲੀ ਸੀਗੀ, ਸਵੀਟ ਸੀ, ਮਿੱਠੀ ਸੀਗੀ। ਸੋ ਇਹਦਾ ਬਣੇਗਾ ਡਿਡ ਦੀ ਰੋਜ਼ ਸਮੈਲ ਸਵੀਟ, ਸੋ ਸਮੈਲਟ ਕਰਕੇ ਇੱਥੇ ਬਣ ਜਾਏਗਾ ਡਿਡ, ਅਤੇ ਡਿਡ ਕਰਕੇ ਸਮੈਲਟ ਦਾ ਬਣ ਜਾਏਗਾ ਸਮੈਲ। ਸੋ ਦਿਸ ਇਜ਼ ਹਾਓ ਡਿਕਲੇਰੇਟਿਵ ਸੈਂਟੈਂਸਿਸ ਆਰ ਕਨਵਰਟਿਡ ਇਨ ਟੂ ਇੰਟੈਰੋਗੇਟਿਵ ਸੈਂਟੈਂਸਿਸ। ਸੋ ਬੱਚੇ ਬੜੀ ਹੀ ਮਹੱਤਵਪੂਰਨ ਚੀਜ਼ ਹੈਗੀ ਹੈ ਅੰਗਰੇਜ਼ੀ ਦੀ ਮੁੱਢਲੀ ਗੱਲਾਂ ਨੂੰ ਸਿੱਖਣ ਲਈ। 5 ਕਿਸਮ ਦੇ ਸੈਂਟੈਂਸਿਸ ਹੁੰਦੇ ਨੇ, ਡਿਕਲੇਰੇਟਿਵ ਹੁੰਦੇ ਨੇ, ਇੰਟੈਰੋਗੇਟਿਵ ਹੁੰਦੇ ਨੇ, ਆਪਟੇਟਿਵ ਹੁੰਦੇ ਨੇ, ਐਕਸਕਲੇਮੇਟਰੀ ਹੁੰਦੇ ਨੇ, ਇੰਟੈਰੋਗੇਟਿਵ ਹੁੰਦੇ ਨੇ, ਅਤੇ ਇਹਨਾਂ ਦਾ ਰੂਪ ਕਿਵੇਂ ਬਟਾਇਆ ਜਾਂਦਾ ਹੈ, ਇਹ ਬੜੀ ਵਧੀਆ ਪ੍ਰੈਕਟਿਸ ਹੈਗੀ ਰਿਟਨ ਇੰਗਲਿਸ਼ ਨੂੰ ਅਤੇ ਸਪੋਕਨ ਇੰਗਲਿਸ਼ ਨੂੰ ਵਧੀਆ ਕਰਨ ਲਈ। ਸੋ ਪਿਆਰੇ ਵਿਦਿਆਰਥੀਓ, ਤੁਸੀਂ ਇਸੇ ਤਰ੍ਹਾਂ ਨੇਮ ਨਾਲ, ਉਤਸ਼ਾਹ ਨਾਲ, ਅਨੁਸ਼ਾਸਨ ਨਾਲ ਆਪਣੀ ਪੜ੍ਹਾਈ ਕਰੀ ਚੱਲੋ, ਅਤੇ ਅਗਲੇ ਵੀਡੀਓ ਤੱਕ ਲਈ ਰੱਬ ਰੱਖ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।